ਅਸਲਾਮੁਆਲੇਕਮ ਕਿਸਾਨ ਵੀਰੋ ਕੀ ਹਾਲ ਚਾਲ ਨੇ ਇੰਡੀਆ ਦੇ ਕਿਸਾਨਾਂ ਦਾ ਤਾਂ ਪਤਾ ਨਹੀਂ ਪਾਕਿਸਤਾਨ ਦੇ ਕਿਸਾਨਾਂ ਦਾ ਜਿਹੜਾ ਹਾਲ ਹੁੰਦਾ ਪਿਆ ਨਾ ਉਹ ਰੱਬ ਹੀ ਜਾਣਦਾ ਹੈ ਪਾਕਿਸਤਾਨ ਦੀ ਆਵਾਮ ਨੂੰ ਪੀਸ ਕੇ ਰੱਖ ਦਿੱਤਾ ਹੈ ਚੰਦ ਅਨਾਸਰ ਨੇ ਜਿਹੜੇ ਖਾ ਪੀ ਗਏ ਨੇ ਮੁਲਕ ਨੂੰ ਇਹ ਬਿਸਕਟ ਵੇ ਲੋ ਜਦੋਂ 200 ਰੁਪਏ ਦਾ ਡਾਲਰ ਸੀ ਇਹ ਬਿਸਕਟ 20 ਰੁਪਏ ਦਾ ਸੀ ਡਾਲਰ 270 80 ਰੁਪਏ ਦਾ ਹੋਇਆ ਤੇ ਇਹ ਬਿਸਕਟ 40 ਰੁਪਏ ਦਾ ਹੋ ਗਿਆ ਮਤਲਬ ਡਾਲਰ ਥੋੜਾ ਵਧਿਆ ਹੈ ਲੇਕਿਨ ਬਾਕੀ ਜਿਹੜੀਆਂ ਚੀਜ਼ਾਂ ਨੇ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਤੇਲ ਨੇ ghee ਨੇ ਦਾਲਾਂ ਨੇ ਉਹ ਸਾਰੀਆਂ 100% ਦੀ ਵਧਾਈਆਂ ਚੀਜ਼ਾਂ ਸਾਡਾ ਦੋਸਤ ਨਾਰੋਵਾਲ ਗਿਆ ਤੇ ਚੰਦ ਦਿਨ ਪਹਿਲੇ ਤੋਂ ਉੱਥੇ ਉਹਦੀ ਮੁਲਾਕਾਤ ਇੰਡੀਆ ਦੇ ਕੁਝ ਦੋਸਤਾਂ ਨਾਲ ਹੋਈ ਸਿੱਖ ਪਰਿਵਾਰ ਦੇ ਵਿੱਚੋਂ ਕੋਈ ਕੁਝ ਲੋਕ ਆਏ ਸੀ ਨਾਰੋਵਾਲ ਬਾਬਾ ਜੀ ਦੇ ਦਰਸ਼ਨ ਵਾਸਤੇ ਉਹਨਾਂ ਨਾਲ ਉਹਦੀ ਡਿਸਕਸ਼ਨ ਹੋਈ ਕਿ ਕੀ ਹਾਲਾਤ ਨੇ ਤੁਹਾਡੇ ਮੁਲਕ ਦੇ ਵਿੱਚ ਉਹਨਾਂ ਕਹਿੰਦਾ ਜੀ ਸਾਡੇ ਮੁਲਕ ਦੇ ਵਿੱਚ ਹਾਲਾਤ ਇਹ ਨੇ ਬਈ ਜਿਹੜੀ 14 ਸਕੇਲ ਦਾ ਟੀਚਰ ਹੈ ਨਾ 14ਵੇਂ ਸਕੇਲ ਦਾ ਉਹਦੀ 65 ਤੋਂ 70 ਹਜ਼ਾਰ ਰੁਪਿਆ ਸੈਲਰੀ ਹੈ ਉਹਨੂੰ ਅਗਰ ਤਿੰਨ ਨਾਲ ਜ਼ਰਬ ਦਈਏ ਨਾ ਤੇ ਤਕਰੀਬਨ 1 ਲੱਖ ਤੇ 80 ਹਜ਼ਾਰ ਰੁਪਿਆ ਬਣਦੀ ਸੈਲਰੀ 14ਵੇਂ ਸਕੇਲ ਦਾ ਜਿਹੜਾ ਮਲਾਜ਼ਮ ਹੈ ਪਾਕਿਸਤਾਨ ਦੇ ਵਿੱਚ 16ਵੇਂ ਸਕੇਲ ਦਾ ਬੰਦਾ ਹੈ ਨਾ ਜਿਹੜਾ 16ਵੇਂ ਸਕੇਲ ਦਾ ਬੰਦਾ ਉਹਦੀ ਸੈਲਰੀ ਹੈ ਜਿਹੜੀ 60000 ਦੇ ਆਸੇ-ਪਾਸਿਆ ਬਾਕੀ ਦੂਸਰੀਆਂ ਚੀਜ਼ਾਂ ਪੁੱਛੀਆਂ ਪੁੱਛ-ਪੁੱਛ ਕੇ ਇਹਨਾਂ ਜ਼ੈਨ ਖਰਾਬ ਹੋਇਆ ਇਹਨਾਂ ਉਹਨਾਂ ਦੇ ਅੱਗੇ ਬੇਬਸੀ ਫੀਲ ਹੋ ਰਹੀ ਸੀ ਕਿ ਬੰਦਾ ਕਿੱਧਰ ਨੂੰ ਜਾਵੇ ਉਹਨਾਂ ਪੁੱਛਿਆ ਜੀ ਤੁਹਾਡੇ ਪਾਸੇ ਖਾਦ ਦਾ ਕੀ ਰੇਟ ਹੈ ਦੋਸਤ ਕਹਿੰਦਾ ਮੈਂ ਦੱਸਿਆ ਜੀ ਸਾਡੇ ਪਾਸੇ ਖਾਦ ਦਾ ਰੇਟ ਹੈਗਾ 13000 ਰੁਪਏ ਡੀਏਪੀ ਦਾ ਉਹਨਾਂ ਕਹੇ ਸਾਡੇ ਪਾਸੇ ਜਿਹੜੀ ਡੀਏਪੀ ਹੈ ਨਾ ਡੀਏਪੀ 1200 ਰੁਪਏ ਦੀ ਬੋਰੀ ਹੈ ਤੇ 250 ਰੁਪਏ ਦੀ ਸੋਨਾ ਯੂਰੀਆ ਹੈ ਸਾਨੂੰ ਸੋਨਾ ਯੂਰੀਆ ਬਲੈਕ ਦੇ ਵਿੱਚ 3000 ਦੀ ਮਿਲਦੀ ਰਹੀ ਹੈ ਤੇ ਹੁਣ ਡਾਲਰ ਉੱਤੇ ਹੋਰ ਚਲਾ ਗਿਆ ਅੱਲਾ ਜਾਣੇ ਕੀ ਬੜਨਾ ਹੈ ਤੇ ਕਹਿੰਦਾ ਜੀ ਤੁਹਾਡੇ ਪਾਸੇ ਬਿੱਲ ਦੀ ਕੀ ਸੂਰਤ ਹੈ ਆਲੇ ਉਹ ਜਿਹੜਾ ਸਿੱਖ ਵੀਰ ਸੀ ਉਹਨੇ ਕਿਹਾ ਜੀ ਸਾਡੇ ਪਾਸੇ ਬਿੱਲਾਂ ਦੀ ਇਹ ਸੂਰਤ ਆ ਲਏ ਜਿਹੜੇ ਜ਼ਰੀ ਟਿਊਬਵੈਲ ਹਨ ਉਹਨਾਂ ਦੇ ਬਿੱਲ ਸਾਡੇ ਕੋਲ ਨਹੀਂ ਲਿਆ ਜਾਂਦੇ ਅਸੀਂ ਜਿਹੜੀਆਂ ਮੋਟਰਾਂ ਲਾਈਆਂ ਹੋਈਆਂ ਨੇ ਉਹਨਾਂ ਦੇ ਸਾਡੇ ਕੋਲ ਬਿੱਲ ਨਹੀਂ ਗੌਰਮੈਂਟ ਲੈਂਦੀ ਤੇ ਸਿਰਫ ਘਰਾਂ ਦੇ ਬਿੱਲ ਚਾਰਜ ਕਰਦੀ ਤੇ ਸਾਡੇ ਦਿਨ ਬਦਨ ਬਿੱਲ ਵਧ ਗਏ ਨੇ ਗੈਸ ਦੇ ਬਿੱਲ ਵਧ ਗਏ ਨੇ ਹਰ ਚੀਜ਼ ਵਧ ਗਈ ਆਹ ਉਹ ਜਿਹੜੇ ਬਿਸਕਟ ਆਏ ਨੇ ਪਹਿਲੇ ਕਿਸੇ ਦੀ ਜ਼ਮੀਨ ਵਾਉਣ ਜਾਈਦਾ ਸੀ ਤੇ ਉਹ ਹਲਵੇ ਖੀਰਾਂ ਲੈ ਕੇ ਆਉਂਦੇ ਸੀ ਮੁਰਗੇ ਲੈ ਕੇ ਆਉਂਦੇ ਸੀ ਉਹਨਾਂ ਵਿਚਾਰਾ ਕੋਲ ਡੀਜ਼ਲ ਹੀ ਨਹੀਂ ਪੂਰੇ ਹੁੰਦੇ ਤਾਂ ਪਤਾ ਨਹੀਂ ਬਿਸਕਟ ਕਿਵੇਂ ਲੈ ਕੇ ਆਉਂਦੇ ਨੇ ਇੱਕ ਦੌਰ ਹੁੰਦਾ ਸੀ ਜਦੋਂ ਪਠਾਨ ਆਉਂਦੇ ਸੀ ਅਫਗਾਨਿਸਤਾਨ ਤੋਂ ਸਾਡੇ ਮੁਲਕ ਦੇ ਵਿੱਚ ਪਠਾਨ ਦੱਸਦੇ ਹੁੰਦੇ ਸੀ ਅਸੀਂ ਇੱਕ ਮਨ ਜਦੋਂ ਗੰਧਮ ਲੈਣ ਜਾਂਦੇ ਆ ਨਾ ਤੇ 1 ਲੱਖ ਰੁਪਏ ਦੇ ਸਾਨੂੰ ਮਿਲਦੀ ਏ ਤੇ ਇਹ ਗੱਲਾਂ ਸੁਣ ਕੇ ਨਾ ਅਜੀਬ ਜਿਹਾ ਲੱਗਦਾ ਸੀ ਵੀ ਇਹ 1 ਲੱਖ ਰੁਪਏ ਦੀ ਇੱਕ ਮਾਨ ਗੰਧਮ ਕਹਿੰਦੇ ਸੀ ਅਸੀਂ ਜਿੰਨੀ ਗੰਧਮ ਲੈ ਆਣੇ ਨਾ ਤੋੜੇ ਚ ਪਾ ਕੇ ਉਹਨੇ ਹੀ ਪੈਸੇ ਪਾਗਲ ਜਾਂਦੇ ਆ ਤੇ ਸਾਨੂੰ ਗੰਧਾ ਮਿਲਦੀ ਹੈ ਆਸਾ ਵੀ ਆਂਦਾ ਸੀ ਤੇ ਹੈਰਾਨੀ ਵੀ ਹੁੰਦੀ ਸੀ ਵੀ ਇਹ ਕੀ ਮਾਮਲਾ ਹੈ ਲੇਕਿਨ ਉਹ ਮਾਮਲਾ ਸਮਝ ਆ ਗਿਆ ਵੀ ਉਹਨਾਂ ਦਾ ਪੈਸੇ ਦੀ ਵੈਲਿਊ ਇੰਨੀ ਖਰਾਬ ਹੋ ਗਈ ਵੀ ਉਹ ਬਿਲਕੁਲ ਵੈਲਿਊ ਖਰਾਬ ਹੋ ਗਈ 1 ਲੱਖ ਰੁਪਏ ਦਾ ਇੱਕ ਮਾਨ ਆਟਾ ਆਉਂਦਾ ਸੀ ਔਰ ਸਾਡੇ ਪੈਸੇ ਦੀ ਵੈਲਿਊ ਵੇਖ ਲਓ ਸਾਡਾ ਪੈਸਾ ਕਿੱਡਾ ਖੂਬਸੂਰਤੇ ਨੋਟ ਪਿਆ ਹੋਵੇ ਤੇ ਡਾਲਰ ਦੇ ਨਿਸ਼ਬਦ ਲੱਖਾਂ ਕੁਆਂ ਦਾ ਫਰਕ ਹੈ ਕਿੰਨਾ ਖੂਬਸੂਰਤ ਨੋਟ ਹੈ ਲੇਕਿਨ ਇਹਦੀ ਜਿਹੜੀ ਵੈਲਿਊ ਇੰਨੀ ਖਰਾਬ ਹੋ ਗਈ ਹੈ ਮੈਂ ਹੁਣ ਤੇਲ ਕੱਲ ਡੀਜ਼ਲ ਲੈਣ ਵਾਸਤੇ ਪੈਟਰੋਲ ਪੰਪ ਤੇ ਗਿਆ ਆਏ ਰੋਜ਼ ਤੇ ਡੀਜ਼ਲ ਉੱਤੇ ਕੀਤੀ ਰੱਖਦੇ ਨੇ ਪੈਟਰੋਲ ਦਾ ਰੇਟ ਵਧਾਏ ਰੱਖਦੇ ਨੇ 263 ਰੁਪਏ ਤੇ 50 ਪੈਸੇ ਉਹਨਾਂ ਕਹਿੰਿਆ ਜੀ ਰੇਟ ਹੈ ਤੇ ਮੈਂ 10000 ਰੁਪਏ ਉਹਨਾਂ ਨੇ ਕਿਹਾ ਦਾ ਸਿਰਫ 1000 ਰੁਪਏ ਦਾ ਨਾ ਡੀਜ਼ਲ ਪਾ ਦਿਓ ਟਰੈਕਟਰ ਦੇ ਵਿੱਚ ਉਹਨਾਂ ਨੇ ਕਿਹਾ ਜੀ 5000 ਰੁਪਏ ਦਾ ਡੀਜ਼ਲ ਮਿਲੇਗਾ ਤੇ ਜੇ ਹੋਰ ਡੀਜ਼ਲ ਲੈਣਾ ਨਾ ਤੁਸੀਂ ਰਾਤ 12 ਵਜੇ ਤੋਂ ਬਾਅਦ ਆਇਆ ਜੀ ਇਹ ਸੂਰਤਿ ਹਾਲ ਹੈ ਬੇਯਕੀਨੀ ਦੀ ਕਾਫੀਅਤ ਹੋਈ ਪਈਏ ਕਿਸੇ ਨੂੰ ਕੋਈ ਭਰੋਸਾ ਨਹੀਂ ਰਹਿ ਗਿਆ ਨਾ ਕੋਈ ਕਿਸੇ ਦਾ ਦੀਨਮਾਨ ਰਹਿ ਗਿਆ ਅੱਲਾ ਜਾਣੇ ਮੌਤ ਆਉਣ ਲੱਗਿਆ ਪਤਾ ਨਹੀਂ ਲੱਗਦਾ 1 ਮਿੰਟ ਦੇ ਵਿੱਚ ਬੰਦੇ ਦਾ ਬਿਸਤਰ ਚੇਂਜ ਹੋ ਜਾਂਦਾ ਹੈ ਪਤਾ ਲੱਗਦਾ ਵੀ ਫਲਾਣਾ ਬੰਦਾ ਮਰ ਗਿਆ ਉਹ ਤਾਂ ਬੰਦਾ ਚੰਗਾ ਭਲਾ ਸੀ ਲੇਕਿਨ ਅਸੀਂ ਇਹ ਗੱਲ ਸੋਚਦੇ ਨਹੀਂ ਦੇ ਦੁਕਾਨਦਾਰ ਕੋਲ ਜਾ ਮੈਂ ਕੱਲ ਇਹ 520 ਰੁਪਏ ਕਿਲੋ ਕਿਹੋ ਲੈ ਕੇ ਆਇਆ ਇੱਕ ਦੁਕਾਨ ਤੋਂ ਮਤਲਬ ਸ਼ਹਿਰ ਦੇ ਵਿੱਚ ਮੇਰੀ ਰਾਇਸ਼ੇ ਮੈਂ ਜਦੋਂ ਆਪਣੇ ਰਕਵੇ ਤੇ ਆਇਆ ਤੇ ਇਥੋਂ ਪਿੰਡ ਤੋਂ ਲੈਣ ਗਿਆ ਕਿਹੋ ਤੇ ਉਹਨੇ 600 ਰੁਪਏ ਦਾ ਕਿਲੋ ਦਿੱਤਾ ਬੰਦਾ ਕੀ ਕਰੇ ਤੇ ਕਿਧਰ ਨੂੰ ਜਾਵੇ ਬੰਦਾ ਕਮਾਵੇ ਕੀ ਅਰਨਿੰਗ ਹੈ ਜਿਹੜੀ ਬੰਦੇ ਦੀ ਇਨਕਮ ਹੈ ਉਹ ਉੱਥੇ ਦੀ ਉੱਥੇ ਆ ਤੇ ਜਿਹੜੀਆਂ ਬਾਕੀ ਚੀਜ਼ਾਂ ਨੇ ਉਸਮਾਨਾ ਨਾਲ ਲੱਗੀਆਂ ਨੇ ਆਵਾਮ ਟੱਕਰਾਂ ਮਾਰਨ ਤੱਕ ਜਾਂਦੀ ਵੀ ਏ ਲੇਕਿਨ ਜਿਹੜੇ ਸਾਡੇ ਹੁਕਮਰਾਨ ਨੇ ਜਿਹੜਾ ਸਾਡਾ ਉਤਲਾ ਤਬਕਾ ਹੈ ਉਹਨਾਂ ਨੂੰ ਵੋਟਾਂ ਇਲੈਕਸ਼ਨ ਇੱਕ ਦੋ ਹੀ ਲੱਤਾਂ ਖਿੱਚਣ ਤੋਂ ਬਗੈਰ ਹੋਰ ਉਹਨਾਂ ਨੂੰ ਕੋਈ ਗੱਲ ਨਹੀਂ ਆਂਦੀ ਉਹਨਦੇ ਤੇ ਇਲਜ਼ਾਮ ਲਾਇਆ ਜਾਏਗਾ ਦੂਸਰਾ ਉਹਨਦੇ ਤੇ ਇਲਜ਼ਾਮ ਲਾਇਆ ਜਾਏਗਾ ਇਹ ਭੇਡ ਚਾ ਲੈਣਾ ਬਣਾਈਏ ਬੁਲਕ ਨੂੰ ਖਾਣ ਵਾਸਤੇ ਇਹਨਾਂ ਨੂੰ ਖਾਂਸੀ ਆਵੇ ਤੇ ਸਿਰਪ ਰਹਿਣ ਵਾਸਤੇ ਲੰਡਨ ਚਲੇ ਜਾਂਦੇ ਨੇ ਅਸੀਂ ਇੱਥੇ ਮਰ ਜਾਈਏ ਸਾਨੂੰ ਕੋਈ ਪੁੱਛਣ ਵਾਲਾ ਕੋਈ ਨਹੀਂ ਹੈਗਾ ਯਾ ਅੱਲਾ ਸਾਨੂੰ ਪਤਾ ਨਹੀਂ ਕੀ ਬੰਨਾ ਹੈ ਮੁਲਕ ਦੇ ਵਿੱਚ ਅਫਰਾ ਤਫਰੀਦਾ ਹਾਲਾ ਹੈ ਜੇ ਕੋਈ ਬਿਜ਼ਨਸਮੈਨ ਹੈ ਉਹਨੇ ਆਪਣੀਆਂ ਚੀਜ਼ਾਂ ਦਾ ਰੇਟ ਡਬਲ ਕਰ ਛੱਡਿਆ ਹੈ ਜੇ ਕੋਈ ਸਬਜ਼ੀ ਵਾਲਾ ਹੈ ਉਹਨੇ ਆਪਣੀਆਂ ਚੀਜ਼ਾਂ ਦਾ ਰੇਟ ਡਬਲ ਕਰ ਛੱਡਿਆ ਹੈ ਪੁੱਛਣਾ ਕਿੰਨੇ ਆ ਪੁੱਛਣ ਵਾਲੇ ਆਪ ਖਾਣ ਵਾਲੇ ਨੇ ਉਹਨਾਂ ਦੀ ਜੇਬ ਤੇ ਪੈਂਦਾ ਰਹੇ ਖਾਣ ਨੂੰ ਮਿਲਦਾ ਰਹੇ ਠੀਕ ਹੈ ਭਾਵੇਂ ਕੋਈ 100 ਵਾਲੀ ਚੀਜ਼ 500 ਚ ਵੇਚ ਲਵੇ ਉਹਨਾਂ ਨੂੰ ਕੋਈ ਮਸਲਾ ਨਹੀਂ ਹੈਗਾ ਅੱਲਾਹ ਤਾਲਾ ਸਾਡੇ ਮੁਲਕ ਤੇ ਰਹਿਮ ਕਰੇ ਤੇ ਸਾਨੂੰ ਕੋਈ ਨੇਕ ਅੱਛਾ ਲੀਡਰ عطا ਕਰ ਦੇਵੇ ਸਾਰੇ ਵੀਰ ਦੁਆ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜਨਾ ਵੀਡੀਓ ਨੂੰ ਸ਼ੇਅਰ ਕਰੋਗੇ ਨਾ ਇਨਸ਼ਾਅੱਲਾ ਜ਼ਰੂਰ ਫਾਇਦਾ ਹੋਵੇਗਾ ਅਸਲਾਮੁਅਲੈਕ